ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੀ ਖੁਰਾਕ ਵਿਭਿੰਨਤਾ ਆਲਮੀ ਪੂੰਜੀਕਾਰਾਂ ਲਈ ਇੱਕ ਵੱਡਾ ਫਾਇਦਾ ਹੈ। ਉਨ੍ਹਾਂ ਅੱਜ ਨਵੀਂ ਦਿੱਲੀ ਵਿਚ ਦੂਜੇ ਵਰਲਡ ਫੂਡ ਇੰਡੀਆ 2023 ਸਮਾਰੋਹ ਦਾ ਉਦਘਾਟਨ ਕੀਤਾ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਭਾਰਤ ਦੇ 8 ਦਿਨਾਂ ਸਰਕਾਰੀ ਦੌਰੇ ਤੇ ਗੁਹਾਟੀ ਪਹੁੰਚ ਗਏ ਨੇ। ਤੇਲੰਗਾਨਾ ਚ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਰਾਜ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਦਿੱਲੀ ਚ ਹਵਾ ਦੇ ਮਿਆਰ ਚ ਹੋਰ ਗਿਰਾਵਟ ਆਉਣ ਨਾਲ ਇੱਥੇ ਧੂੰਏ ਦੀ ਮੋਟੀ ਪਰਤ ਛਾ ਗਈ ਹੈ। ICC ਕ੍ਰਿਕਟ ਵਿਸ਼ਵ ਕੱਪ ਚ ਅੱਜ ਦੁਪਹਿਰ ਬਾਅਦ ਲਖਨਊ ਚ ਅਫਗਾਨਿਸਤਾਨ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੀਆਂ ਪੂੰਜੀਕਾਰੀ ਪੱਖੀ ਨੀਤੀਆਂ ਦੇਸ਼ ਦੇ ਭੋਜਨ ਖੇਤਰ ਨੂੰ ਨਵੀਆਂ ਉਚਾਈਆਂ ਤੇ ਲਿਜਾ ਰਹੀਆਂ ਨੇ। ਨਵੀਂ ਦਿੱਲੀ ਵਿਚ ਦੂਜੇ ਵਰਲਡ ਫੂਡ ਇੰਡੀਆ 2023 ਸਮਾਰੋਹ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਭੋਜਨ ਵਿਭਿੰਨਤਾ ਵਿਸ਼ਵ ਵਿਆਪੀ ਪੂੰਜੀਕਾਰਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ 21ਵੀਂ ਸਦੀ ਵਿਚ ਦੁਨੀਆਂ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਵਿਚੋਂ ਇਕ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਖੁਰਾਕ ਸੈਕਟਰ ਵਿਚ ਸਟਾਰਟਅਪਸ ਅਤੇ ਕੰਪਨੀਆਂ ਲਈ ਇਹ ਇਕ ਸੁਨਹਿਰੀ ਮੌਕਾ ਹੈ ਅਤੇ ਭਾਰਤ ਨੇ ਫੂਡ ਪ੍ਰੋਸੈਸਿੰਗ ਸਨਅਤ ਦੇ ਹਰ ਖੇਤਰ ਵਿਚ ਸ਼ਾਨਦਾਰ ਵਿਕਾਸ ਕੀਤਾ ਹੈ। ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਡੱਬੇਬੰਦ ਭੋਜਨ ਦੀ ਮੰਗ ਵਿਚ ਕਾਫੀ ਵਾਧਾ ਹੋਇਐ ਅਤੇ ਇਹ ਕਿਸਾਨਾਂ ਸਟਾਰਟਅਪਸ ਤੇ ਉਦਮੀਆਂ ਲਈ ਇਕ ਮੌਕੇ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਚ ਔਰਤਾਂ ਵਿਚ ਫੂਡ ਪ੍ਰੋਸੈਸਿੰਗ ਸਨਅਤ ਦੀ ਅਗਵਾਈ ਕਰਨ ਦੀ ਕੁਦਰਤੀ ਯੋਗਤਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਔਰਤਾਂ ਦੀ ਸਹਾਇਤਾ ਲਈ ਔਰਤ ਉਦਮੀਆਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਹਰ ਪੱਧਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਸਥਾਈ ਭੋਜਨ ਸਭਿਆਚਾਰ ਹਜ਼ਾਰਾਂ ਸਾਲਾਂ ਤੋਂ ਵਿਕਸਿਤ ਹੋਇਐ ਅਤੇ ਭਾਰਤ ਦੇ ਵੱਡੇ ਵਡੇਰਿਆਂ ਨੇ ਭੋਜਨ ਦੀਆਂ ਆਦਤਾਂ ਨੂੰ ਆਯੁਰਵੇਦ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਭਾਰਤ ਦੇ ਭੋਜਨ ਗਿਆਨ ਦੇ ਭੰਡਾਰ ਤੋਂ ਲਾਭ ਉਠਾਏਗੀ। ਉਨ੍ਹਾਂ ਦਸਿਆ ਕਿ ਇਸ ਸਾਲ ਨੂੰ ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਇਆ ਜਾ ਰਿਹੈ ਅਤੇ ਭਾਰਤ ਨੇ ਮੋਟੇ ਅਨਾਜਾਂ ਨੂੰ ਸ੍ਰੀ ਅੰਨ ਦਾ ਦਰਜਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਟਾ ਅਨਾਜ ਭਾਰਤ ਦੀ ਸੁਪਰ ਫੂਡ ਬਕਟ ਦਾ ਇਕ ਮੁੱਖ ਹਿੱਸਾ ਹੈ ਅਤੇ ਜਲਦੀ ਹੀ ਇਹ ਦੁਨੀਆਂ ਦੇ ਹਰੇਕ ਕੋਨੇ ਵਿਚ ਪਹੁੰਚ ਜਾਏਗਾ। ਸ੍ਰੀ ਮੋਦੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭੋਜਨ ਦੀ ਬਰਬਾਦੀ ਨੂੰ ਘਟਾਉਣਾ ਨਿਰੰਤਰ ਜੀਵਨ ਸ਼ੈਲੀ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਮਹੱਤਵਪੂਰਨ ਉਦਮ ਹੈ। ਉਨ੍ਹਾਂ ਕਿਹਾ ਕਿ ਉਤਪਾਦਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦੀ ਬਰਬਾਦੀ ਘੱਟ ਤੋਂ ਘੱਟ ਹੋਏ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ 1 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਮੈਂਬਰਾਂ ਲਈ ਬੀਜ ਪੂੰਜੀ ਸਹਾਇਤਾ ਵੰਡੀ। ਇਹ ਸਹਾਇਤਾ SHG ਨੂੰ ਪੈਕੇਜਿੰਗ ਅਤੇ ਗੁਣਵੱਤਾ ਦੇ ਨਿਰਮਾਣ ਵਿਚ ਸੁਧਾਰ ਕਰਨ ਅਤੇ ਮਾਰਕੀਟ ਵਿਚ ਬਿਹਤਰ ਕੀਮਤ ਪ੍ਰਾਪਤ ਕਰਨ ਵਿਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਵਰਲਡ ਫੂਡ ਇੰਡੀਆ 2023 ਦੇ ਹਿੱਸੇ ਵਜੋਂ ਫੂਡ ਸਟਰੀਟ ਦਾ ਉਦਘਾਟਨ ਵੀ ਕੀਤਾ। ਇਸ ਵਿਚ ਖੇਤਰੀ ਪਕਵਾਨ ਅਤੇ ਸ਼ਾਹੀ ਰਸੋਈ ਵਿਸ਼ੇਸ਼ ਹੈ ਜਿੱਥੇ 200 ਤੋਂ ਵੱਧ ਸ਼ੈੱਫ ਹਿੱਸਾ ਲੈਣਗੇ ਅਤੇ ਰਵਾਇਤੀ ਭਾਰਤੀ ਪਕਵਾਨ ਪੇਸ਼ ਕਰਨਗੇ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਊਰਜਾ ਤਬਦੀਲੀ ਲਈ ਵਿਕਸਿਤ ਦੇਸ਼ਾਂ ਤੋਂ ਮਾਲੀ ਪੂੰਜੀ ਨਿਵੇਸ਼ ਤੇ ਸਭਨਾਂ ਲਈ ਤਕਨਾਲੋਜੀ ਤੱਕ ਪਹੁੰਚ ਦੀ ਲੋੜ ਹੈ। ਕੱਲ੍ਹ ਨਵੀਂ ਦਿੱਲੀ ਵਿਚ ਅਬਜ਼ਰਵਰ ਰਿਸਰਚ ਫਾਊਂਡੇਸ਼ਨਸ ਐਨਰਜੀ ਟਰਾਂਜੀਸ਼ਨ ਡਾਇਲੋਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਸਾਫ਼ ਸੁਥਰੇ ਸਰੋਤਾਂ ਰਾਹੀਂ ਦੇਸ਼ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਵਿਚ ਸਾਫ਼ ਸੁਥਰੀ ਊਰਜਾ ਸਬੰਧੀ ਸਾਜ਼ੋ ਸਮਾਨ ਦੇ ਉਤਪਾਦਨ ਦੀ ਹਮਾਇਤ ਕਰ ਰਿਹਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਕੋਲੇ ਅਤੇ ਰਵਾਇਤੀ ਸਰੋਤਾਂ ਤੋਂ ਪ੍ਰਦੂਸ਼ਣ ਰਹਿਤ ਊਰਜਾ ਵੱਲ ਤਬਦੀਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਤਰਰਾਸ਼ਟਰੀ ਗ੍ਰਿਡ ਵਿਜ਼ਨ ਨਾਲ ਸੰਭਵ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮੱਧ ਪੂਰਬ ਯੂਰਪ ਆਰਥਿਕ ਕੋਰੀਡੋਰ ਵਰਗੀਆਂ ਪਹਿਲਕਦਮੀਆਂ ਊਰਜਾ ਤਬਦੀਲੀ ਵਿਚ ਮਦਦ ਕਰਨਗੀਆਂ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਕੋਲੰਬੋ ਵਿਚ ਨਾਮ 200 ਸਮਾਰੋਹ ਵਿਚ ਭਾਰਤੀ ਮੂਲ ਦੇ ਤਮਿਲ ਭਾਈਚਾਰੇ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਲਈ ਭਾਰਤ ਦੇ ਦ੍ਰਿੜ ਸਮਰਥਨ ਦੀ ਪੁਸ਼ਟੀ ਕੀਤੀ। ਇੰਡੀਅਨ ਹਾਊਸਿੰਗ ਪ੍ਰੋਜੈਕਟ ਦੇ ਚੌਥੇ ਪੜਾਅ ਤਹਿਤ 10,000 ਮਕਾਨਾਂ ਲਈ ਨੀਂਹ ਪੱਥਰ ਰੱਖਣ ਦੀ ਰਸਮ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਸ੍ਰੀਮਤੀ ਸੀਤਾਰਮਨ ਦੀ ਅਗਵਾਈ ਵਿਚ ਵਰਚੁਅਲ ਤਰੀਕੇ ਨਾਲ ਹੋਈ। ਇਸ ਤੋਂ ਇਲਾਵਾ ਪੌਦੇ ਲਗਾਉਣ ਵਾਲੇ ਇਲਾਕਿਆਂ ਚ 10,000 ਬੱਚਿਆਂ ਲਈ ਸਕੂਲੀ ਸਪਲਾਈ ਦੇ ਪ੍ਰਬੰਧ ਨਾਲ ਭਾਰਤੀ ਸਹਾਇਤਾ ਨਾਲ ਅਪਗ੍ਰੇਡ ਕੀਤੇ ਗਏ ਥੋਂਡਾਮਨ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਸ੍ਰੀਲੰਕਾ ਦੇ ਆਰਥਿਕ ਸੰਕਟ ਦੌਰਾਨ ਭਾਰਤ ਵੱਲੋਂ ਹਾਲ ਵਿਚ ਹੀ ਦਿੱਤੀ ਗਈ 4 ਅਰਬ ਅਮਰੀਕੀ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਤੇ ਚਾਨਣਾ ਪਾਉਂਦਿਆਂ ਸ੍ਰੀਮਤੀ ਸੀਤਾਰਮਨ ਨੇ ਦੋਹਾਂ ਦੇਸ਼ਾਂ ਦਰਮਿਆਨ ਇਕਜੁੱਟਤਾ ਨੂੰ ਉਜਾਗਰ ਕੀਤਾ। ਬਾਅਦ ਵਿਚ ਖਜ਼ਾਨਾ ਮੰਤਰੀ ਨੇ ਭਾਰਤ ਸ੍ਰੀਲੰਕਾ ਵਪਾਰ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਊਰਜਾ ਖੇਤਰ ਦੇ ਵਿਕਾਸ ਲਈ ਹੋਰ ਯਤਨ ਕਰਨ ਦਾ ਸੱਦਾ ਦਿੱਤਾ। ਮੰਤਰੀ ਨੇ ਟਾਪੂ ਦੇਸ਼ ਵਿਚ ਸੈਰ ਸਪਾਟਾ ਅਤੇ ਚਾਹ ਸਨਅਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੋਵੇਂ ਸ੍ਰੀਲੰਕਾ ਲਈ ਤਾਕਤ ਬਣੇ ਹੋਏ ਨੇ। ਉਨ੍ਹਾਂ ਨੇ ਸਾਂਝੀ ਕਰੰਸੀ ਦੀ ਵਰਤੋਂ ਲਈ ਇਕ ਮਜ਼ਬੂਤ ਖੇਤਰੀ ਪ੍ਰਬੰਧ ਦੀ ਵੀ ਮੰਗ ਕੀਤੀ ਜਿਸ ਨਾਲ ਵਿਦੇਸ਼ੀ ਮੁਦਰਾ ਨੂੰ ਬਚਾਇਆ ਜਾ ਸਕਦਾ ਹੈ।
खजाना मंत्री ने श्रीलंका के राष्ट्रपति रानिल विक्रमे सिंघे नाल भी मुलाकात की। आर्थिक अते व्यापारक खेत्र विच भारत ते श्रीलंका दियां सांझियां पहलकदमियां ते चर्चा की। उन्होंने इस गल नूं उजागर किया कि इस साल जुलाई विच श्री विक्रमे सिंघे की भारत फेरी दौरान अपनाया गया आर्थिक भाईवाली बारे नजरिया दस्तावेज मुल्कां दे समुद्री हवाई डिजिटल ऊर्जा ते लोकां ते लोकां दे संपर्क नूं होर मजबूत करेगा। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਭਾਰਤ ਦੇ 8 ਦਿਨਾਂ ਦੌਰੇ ਤੇ ਅੱਜ ਗੁਹਾਟੀ ਪਹੁੰਚੇ। ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਅੱਜ ਸਵੇਰੇ ਗੋਪੀਨਾਥ ਬੋਰਦੋਲੋਈ ਹਵਾਈ ਅੱਡੇ ਤੇ ਭੂਟਾਨੀ ਰਾਜਾ ਦਾ ਸਵਾਗਤ ਕੀਤਾ। ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਤੇ ਮੁੱਖ ਮੰਤਰੀ ਅੱਜ ਮਗਰੋਂ ਦੇ ਦੌਰੇ ਤੇ ਆਏ ਪਤਵੰਤੇ ਨਾਲ ਮੀਟਿੰਗ ਕਰਨਗੇ। ਸਾਡੇ ਪੱਤਰ ਪ੍ਰੇਰਕ ਨੇ ਖਬਰ ਦਿੱਤੀ ਹੈ ਕਿ ਅੱਜ ਸ਼ਾਮੀ ਰਾਜਾ ਵਾਂਗਚੁਕ ਦੇ ਸਨਮਾਨ ਵਿਚ ਇਕ ਸਭਿਆਚਾਰਕ ਪ੍ਰੋਗਰਾਮ ਕਰਾਇਆ ਜਾਏਗਾ। ਭਾਲਕੇ ਉਹ ਵਿਸ਼ਵ ਵਿਰਾਸਤੀ ਸਥਾਨ ਕਾਜ਼ੀਰੰਗਾ ਨੈਸ਼ਨਲ ਪਾਰਕ ਦਾ ਦੌਰਾ ਕਰਨਗੇ। ਤੇਲੰਗਾਨਾ ਵਿਚ ਰਾਜ ਵਿਧਾਨ ਸਭਾ ਚੋਣਾਂ ਲਈ ਅੱਜ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਐ। ਇਸ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਏ। ਨਾਮਜ਼ਦਗੀਆਂ ਇਸ ਮਹੀਨੇ ਦੀ 10 ਤਰੀਕ ਤੱਕ ਸਾਰੇ ਕੰਮਕਾਜੀ ਦਿਨਾਂ ਤੇ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 13 ਨਵੰਬਰ ਨੂੰ ਹੋਏਗੀ ਅਤੇ ਨਾਮ ਵਾਪਸ ਲੈਣ ਦੀ ਆਖਰੀ ਤਰੀਕ 15 ਨਵੰਬਰ ਏ। ਵਿਧਾਨ ਸਭਾ ਦੀਆਂ 119 ਸੀਟਾਂ ਲਈ 30 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਏਗੀ। ਨਾਮਜ਼ਦਗੀ ਕਾਗਜ਼ ਸੁਵਿਧਾ ਐਪ ਤੇ ਵੀ ਦਾਖਲ ਕੀਤੇ ਜਾ ਸਕਦੇ ਨੇ, ਪਰ ਇਸ ਦੀ ਕਾਪੀ ਬਾਅਦ ਵਿਚ ਰਿਟਰਨਿੰਗ ਅਫਸਰ ਕੋਲ ਦਾਖਲ ਕਰਾਉਣੀ ਹੋਏਗੀ। ਇਸ ਦੌਰਾਨ ਮੁੱਖ ਸਿਆਸੀ ਪਾਰਟੀਆਂ ਨੇ ਚੋਣਾਂ ਲਈ ਆਪਣੇ ਲਗਭਗ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੱਤਾਧਾਰੀ BRS ਨੇ 5 ਥਾਵਾਂ ਨੂੰ ਛੱਡ ਕੇ ਬਾਕੀ ਸਾਰੇ ਹਲਕਿਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ 90 ਤੋਂ ਵੱਧ ਸੀਟਾਂ ਲਈ ਅਤੇ BJP ਨੇ 88 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਕਾਂਗਰਸ ਅਤੇ TJS ਇਕੱਠੇ ਚੋਣ ਲੜਨ ਲਈ ਸਹਿਮਤ ਹੋਈਆਂ ਨੇ, ਜਦਕਿ CPIM ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ। BJP ਜਨਸੇਨਾ ਗਠਜੋੜ ਬਾਰੇ ਅਜੇ ਸਪਸ਼ਟਤਾ ਆਉਣੀ ਬਾਕੀ ਹੈ, ਜਦਕਿ BSP ਤੇ ਸ਼ਰਮੀਲਾ ਦੀ YSR ਤੇਲੰਗਾਨਾ ਪਾਰਟੀ ਨੇ ਵੀ ਐਲਾਨ ਕੀਤਾ ਕਿ ਉਹ ਰਾਜ ਵਿਚ ਆਪਣੇ ਉਮੀਦਵਾਰ ਖੜੇ ਕਰ ਰਹੇ ਨੇ। ਇਕ ਹੋਰ ਘਟਨਾਕ੍ਰਮ ਵਿਚ TDP ਨੇ ਐਲਾਨ ਕੀਤਾ ਕਿ ਉਹ ਇਸ ਵਾਰ ਰਾਜ ਵਿਚ ਚੋਣ ਮੈਦਾਨ ਵਿਚ ਨਹੀਂ ਹੈ। BJP ਨੇ ਅੱਜ ਆਉਂਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 2 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਦਿੱਲੀ ਗੰਭੀਰ ਪ੍ਰਦੂਸ਼ਣ ਦੀ ਮਾਰ ਹੇਠ ਹੈ। ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਧੂੰਏ ਦੀ ਮੋਟੀ ਪਰਤ ਨੇ ਆਪਣੇ ਕਲਾਵੇ ਵਿਚ ਲੈ ਲਿਆ ਹੈ। ਅੱਜ ਸਵੇਰੇ 11 ਵਜੇ ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ AQI 475 ਦਰਜ ਕੀਤਾ ਗਿਆ। 201 ਅਤੇ 300 ਦੇ ਵਿਚਕਾਰ AQI ਨੂੰ ਖਰਾਬ, 301 ਤੋਂ 400 ਨੂੰ ਬਹੁਤ ਖਰਾਬ ਅਤੇ 401 ਤੋਂ 500 ਨੂੰ ਗੰਭੀਰ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣੈ ਕਿ ਪਰਾਲੀ ਸਾੜਨ ਵਿਚ ਵਾਧਾ ਅਤੇ ਖਰਾਬ ਮੌਸਮ ਕਾਰਨ ਹਵਾ ਦੇ ਮਿਆਰ ਵਿਚ ਅਚਾਨਕ ਗਿਰਾਵਟ ਆਈ ਹੈ। ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ GRAP ਪੜਾਅ 3 ਦਿੱਲੀ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਐ। ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦੇ ਸੰਚਾਲਨ ਲਈ ਕੱਲ ਸਬ ਕਮੇਟੀ ਦੀ ਮੀਟਿੰਗ ਹੋਈ। ਇਸ ਨੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਉਸਾਰੀ ਅਤੇ ਢਾਉਣ ਦੀਆਂ ਕਾਰਵਾਈਆਂ ਤੇ ਸਖ਼ਤ ਪਾਬੰਦੀ ਲਾ ਦਿੱਤੀ ਗਿਐ। ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਅੱਜ ਅਤੇ ਕੱਲ੍ ਬੰਦ ਰਹਿਣਗੇ। ਇਹ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਿੱਤੀ ਹੈ। ਮਹਾਰਾਸ਼ਟਰ ਚ ਮਰਾਠਾ ਭਾਈਚਾਰੇ ਲਈ ਰਾਖਵੇਂ ਕਰਨ ਦੀ ਮੰਗ ਕਰ ਰਹੇ ਕਾਰਕੁਨ ਮਨੋਜ ਜਰਾਂਗੇ ਪਾਟਿਲ ਨੇ ਕੱਲ ਆਪਣਾ ਵਰਤ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਨਾਲ ਵਿਆਪਕ ਗੱਲਬਾਤ ਮਗਰੋਂ ਆਪਣਾ ਵਰਤ ਖਤਮ ਕੀਤਾ ਹੈ। ICC ਕ੍ਰਿਕਟ ਵਿਸ਼ਵ ਕੱਪ ਚ ਅੱਜ ਲਖਨਊ ਚ ਅਫਗਾਨਿਸਤਾਨ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਮੈਚ ਦੁਪਹਿਰ ਬਾਅਦ 2 ਵਜੇ ਸ਼ੁਰੂ ਹੋਏਗਾ। ਭਾਰਤ ਪਿਛਲੀ ਸ਼ਾਮ ਮੁੰਬਈ ਦੇ ਵਾਨਖੇੜੇ ਸਟੇਡੀਅਮ ਚ ਸ੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ਚ ਪਹੁੰਚ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਸੈਮੀ ਫਾਈਨਲ ਚ ਪਹੁੰਚਣ ਤੇ ਵਧਾਈ ਦਿੱਤੀ ਹੈ। ਭਾਰਤ ਟੂਰਨਾਮੈਂਟ ਚ ਇਕੋ ਇਕ ਟੀਮ ਹੈ ਜਿਸ ਨੇ ਹਾਲਾਂ ਤੱਕ ਕੋਈ ਮੈਚ ਨਹੀਂ ਹਾਰਿਆ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਖੁਰਾਕ ਵਿਭਿੰਨਤਾ ਆਲਮੀ ਪੂੰਜੀਕਾਰਾਂ ਲਈ ਇਕ ਵੱਡਾ ਫਾਇਦਾ ਹੈ। ਉਨ੍ਹਾਂ ਅੱਜ ਦਿੱਲੀ ਚ ਦੂਜੇ ਵਰਲਡ ਫੂਡ ਇੰਡੀਆ 2023 ਸਮਾਰੋਹ ਦਾ ਉਦਘਾਟਨ ਕੀਤਾ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਭਾਰਤ ਦੇ 8 ਦਿਨਾਂ ਸਰਕਾਰੀ ਦੌਰੇ ਤੇ ਗੁਹਾਟੀ ਪਹੁੰਚ ਗਏ ਨੇ। ਤੇਲੰਗਾਨਾ ਚ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਰਾਜ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਦਿੱਲੀ ਚ ਹਵਾ ਦੇ ਮਿਆਰ ਚ ਹੋਰ ਗਿਰਾਵਟ ਆਉਣ ਨਾਲ ਇੱਥੇ ਧੂੰਏ ਦੀ ਮੋਟੀ ਪਰਤ ਛਾ ਗਈ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ।